ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਮੈਂ ਹਾਂ ਦੀਪਕ ਤੇ ਪੇਸ਼ ਹਨ ਅੱਜ ਦੀਆਂ ਖਬਰਾਂ। ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿੱਚ ਲੱਗੀ 2 ਦਿਨਾਂ ਸਾਇੰਸ ਪ੍ਰਦਰਸ਼ਨੀ ਵਿੱਚ ਅੱਜ ਅਖੀਰਲੇ ਦਿਨ ਬੱਚਿਆਂ ਨੇ ਜਿੱਤੇ ਵੱਡੇ ਇਨਾਮ। ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਪੰਜਾਬ ਭਰ ਤੋਂ ਨਾਮਵਰ ਸਕੂਲਾਂ ਦੇ 100 ਤੋਂ ਵੱਧ ਸਕੂਲਾਂ ਦੇ ਬੱਚਿਆਂ ਨੇ ਲੱਗੀ ਸਾਇੰਸ ਪ੍ਰਦਰਸ਼ਨੀ ਵਿੱਚ ਪਾਰਟੀਸਪੇਟ ਕੀਤਾ ਸੀ, ਜਿਸ ਵਿੱਚ ਅੱਜ ਫਾਈਨਲ ਨਤੀਜੇ ਐਲਾਨੇ ਗਏ, ਜਿਸ ਵਿੱਚ ਜੱਜਾਂ ਨੇ ਵੀ ਬੜੀ ਬਰੀਕੀ ਨਾਲ ਨਤੀਜਿਆਂ ਨੂੰ ਐਲਾਨਿਆ। ਕਿਉਂਕਿ ਹਰ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਪ੍ਰਦਰਸ਼ਨੀ ਵਿੱਚ ਆਪਣੇ ਆਪਣੇ ਮਾਡਲਾਂ ਨਾਲ ਵਧੀਆ ਪਰਫੋਰਮੈਂਸ ਪੇਸ਼ ਕੀਤੀ ਸੀ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਨੇ ਪਹਿਲਾ ਸਥਾਨ ਹਾਸਲ ਕਰ 21,000 ਰੁਪਈਆ ਪ੍ਰਾਈਜ਼ ਮਨੀ ਜਿੱਤ ਪ੍ਰਾਪਤ ਕੀਤੀ, ਜਦਕਿ ਗੁਰਦਾਸਪੁਰ ਦੇ ਜੀਆਰਐਲ ਮਿੱਤਲ ਡੀਏਵੀ ਪਬਲਿਕ ਸਕੂਲ ਦੇ ਬੱਚਿਆਂ ਨੇ ਦੂਸਰਾ ਸਥਾਨ ਹਾਸਲ ਕਰ 11,000 ਰੁਪਈਆ ਪ੍ਰਾਈਜ਼ ਮਨੀ ਜਿੱਤ ਪ੍ਰਾਪਤ ਕੀਤੀ। ਉੱਥੇ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਨੇ ਤੀਸਰਾ ਸਥਾਨ ਹਾਸਲ ਕਰ 5,000 ਰੁਪਈਆ ਪ੍ਰਾਈਜ਼ ਮਨੀ 'ਤੇ ਜਿੱਤ ਪ੍ਰਾਪਤ ਕੀਤੀ, ਜਦਕਿ ਹੋਰ ਵੀ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਦੇ ਮੈਨੇਜਮੈਂਟ ਵੱਲੋਂ ਪਾਰਟੀਸਪੇਟ ਕੀਤੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਪ੍ਰਾਈਜ਼ ਮਨੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਸਾਇੰਸ ਪ੍ਰਦਰਸ਼ਨੀ ਦੇ ਅਖੀਰਲੇ ਦਿਨ ਮੁੱਖ ਮਹਿਮਾਨ ਵਜੋਂ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਇੰਜੀਨੀਅਰ ਸੁਰਿੰਦਰ ਸਿੰਘ ਗਿੱਲ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਪ੍ਰਾਈਜ਼ ਮਨੀ ਅਤੇ ਸ਼ੀਲਡ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦਿਆਂ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੱਤੀ। ਉੱਥੇ ਹੀ ਪਾਰਟੀਸਪੇਟ ਕੀਤੇ ਬੱਚਿਆਂ ਨੇ ਵੀ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਇੰਜੀਨੀਅਰ ਸੁਰਿੰਦਰ ਸਿੰਘ ਜਿੰਨ ਨੇ ਸ਼ੁਰੂਆਤ 550 ਸਾਲਾ ਪ੍ਰਕਾਸ਼ ਪੁਰਬ 'ਤੇ ਵਧਾਈ ਦਿੰਦਿਆਂ ਕੀਤੀ ਅਤੇ ਕਿਹਾ ਕਿ ਅੱਜ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਵਿੱਚ ਲੱਗੀ ਸਾਇੰਸ ਐਗਜੀਬਿਸ਼ਨ ਦੇ ਅਖੀਰਲੇ ਦਿਨ ਬੱਚਿਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਨੇ ਪਹਿਲਾ ਸਥਾਨ, ਜਦਕਿ ਜੀਆਰਐਲ ਮਿੱਤਲ ਡੀਏਵੀ ਪਬਲਿਕ ਸਕੂਲ ਨੇ ਦੂਸਰਾ ਸਥਾਨ ਅਤੇ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਤਜਰਬੇਕਾਰ ਜੱਜਾਂ ਨੇ ਬੜੀ ਬਰੀਕੀ ਨਾਲ ਨਤੀਜਿਆਂ ਨੂੰ ਤਿਆਰ ਕੀਤਾ ਹੈ, ਜਿੱਥੇ ਪੁਆਇੰਟਾਂ ਦੇ ਆਧਾਰ 'ਤੇ ਬੱਚਿਆਂ ਨੇ ਸਫਲਤਾ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਅੱਗੇ ਵੀ ਅਜਿਹੇ ਉਪਰਾਲੇ ਬੱਚਿਆਂ ਦੇ ਭਵਿੱਖ ਲਈ ਪ੍ਰਦਾਨ ਕਰਦੇ ਰਹੇਗਾ ਤਾਂ ਕਿ ਬੱਚੇ ਅੱਗੇ ਵੱਧ ਸਕਣ। ਦੇਖੋ ਇਨਸਾਫ ਟੀਵੀ ਤੇ ਪੂਰੀ ਖਬਰ। ਹੈਲੋ, ਮਾਈ ਨੇਮ ਇਜ਼ ਕਮਲਪ੍ਰੀਤ ਕੌਰ, ਵੀ ਆਰ ਦਾ ਸਟੂਡੈਂਟ ਆਫ 10th ਕਲਾਸ ਐਂਡ ਮਾਈ ਸਕੂਲ ਨੇਮ ਇਜ਼ ਦਸ਼ਮੇਸ਼ ਅਕੈਡਮੀ ਸਕੂਲ, ਦਸ਼ਮੇਸ਼ ਸ਼੍ਰੀ ਗੁਰੂ ਦਸ਼ਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ। ਮਾਈ ਪ੍ਰੋਜੈਕਟ ਨੇਮ ਇਜ਼ ਐਸਿਡ ਰੇਨ। ਸੁਖਜਿੰਦਰ ਕਾਲਜ ਇਨ ਦਾ ਸਾਇੰਸ ਐਗਜੀਬਿਸ਼ਨ ਵੀ ਸ਼ੋਅ ਦ ਆਵਰ ਪ੍ਰੋਜੈਕਟ ਐਸਿਡ ਰੇਨ ਇਨ ਐਸਿਡ ਰੇਨ ਬਟ ਐਟਮੋਸਫੇਰਿਕ ਪੋਲਿਊਸ਼ਨ ਇਨ ਦਾ ਸੋਡੀਅਮ ਸਲਫਰਿਕ ਆਕਸਾਈਡ ਐਂਡ ਨਿਟ੍ਰਿਕ ਆਕਸਾਈਡ ਰਿਐਕਟ ਵਿਦ ਦਾ ਵਾਟਰ ਐਂਡ ਐਸਿਡ ਰੇਨ। The pH value of the rainwater is less than 5.5 is called an acid rain. Their effects to the animals, our natural resource and the environment, it causes industrialization, burning of fossil fuels. Good afternoon, we are students of Happy Senior Secondary School, Gurdaspur, and today we have came for science exhibition in Sukhjindra Group of Institutes, and we are presenting a street light using LDR sensor, in which it's a daytime, the bulb will not glow because there is low resistance, but in night time it can be used in night time because as resistance is very low, so the bulb can start glowing. You can see this. So I think by conducting such seminars and exhibition, it's a great opportunities for our students, that it is a very encouraging thing, and I think every institute should provide such kind of exhibitions to encourage student, and Sukhjindra Group of Institute has given us opportunity to make us more learn, to improve our skills, and thank you. My name is Jashanpreet and I am from the Sahibiyah Jorawar Singh Fateh Singh Public School, Kalanur,
and we are here to represent the model of rainwater harvesting and wastewater management. And in this model, we can save the any drop of the water. Each and every drop of water we will save from this. The rainwater collected on the roof is collected in the collecting tank. Then it passed to the toilets for the flushing and etc. We can give a more connection to the home, etc. And then it goes to the settling tank where it will microorganisms will decompose the organic waste. And finally it goes to the flow equalization tank where it the water level will be controlled and flow will reach to the wetland where the harmful substances like lead and mercury will be absorbed by the plants such as alga, etc. And then it is used for the various purposes like agriculture, and we can also flow this water to the rivers. So by this we can save the water, which is and we know that we are suffering from the scarcity of water, so we should use this methods at our home. And I feel very proud that I have an opportunity to speak this and explain this model. And we like this opportunity that Sukhjindra group of institution gives us this opportunity, and these type of opportunities should be given by all the schools to the students so that they can overcome their situation. Mera naam Manjot Singh hai, main government senior secondary school Top Sadi Batala to aaya ha. ਇਹ ਮੇਰੀ ਟੀਮ ਹੈ। ਅੱਜ ਮੇਰਾ ਇਹ ਸਾਇੰਸ ਪ੍ਰਦਰਸ਼ਨੀ 'ਚ ਦੂਜਾ ਦਿਨ ਹੈ। ਇਹ ਸੁਖਜਿੰਦਰਾ ਕਾਲਜ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਮੈਂ ਕਵਲਜੀਤ ਕੌਰ, ਪਲੱਸ ਵਨ ਸਾਇੰਸ ਦੀ ਵਿਦਿਆਰਥਣ, ਅੱਜ ਆਪ ਜੀ ਦੇ ਕਾਲਜ ਵਿੱਚ ਆਪਣੀ ਟੀਮ ਨੂੰ ਲੈ ਕੇ ਆਈ ਹਾਂ। ਸਾਡਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਕੂੜਾ ਕਰਕਟ ਬਹੁਤ ਵੱਧ ਰਿਹਾ ਹੈ। ਕੌਮੀ ਸਵੱਛਤਾ ਮੁਹਿੰਮ ਤਹਿਤ ਪੰਜਾਬ ਦਾ ਕੂੜੇ ਕਰਕਟ ਵਿੱਚ ਦੱਸਿਆ ਜਾਣਾ ਇੱਕ ਬਹੁਤ ਹੀ ਅਫਸੋਸ ਦਾ ਵਿਸ਼ਾ ਹੈ। ਇਹ ਅਫਸੋਸ ਉਦੋਂ ਹੋਰ ਵੀ ਵੱਧ ਜਾਂਦਾ ਜਦੋਂ ਪਤਾ ਲੱਗਦਾ ਹੈ ਕਿ ਪੰਜਾਬ ਉਹ ਪ੍ਰਾਂਤ ਹੈ ਜਿਸ ਦੇ 3 ਸ਼ਹਿਰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸਮਾਰਟ ਸਿਟੀ ਦੇ ਤੌਰ 'ਤੇ ਐਲਾਨੇ ਗਏ ਸਨ। ਅੱਜ ਉਹਨਾਂ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਵਰਗੇ ਸ਼ਹਿਰਾਂ ਨੂੰ ਸਮਾਰਟ ਸਿਟੀ ਕਹਿਣਾ ਯੋਗ ਨਹੀਂ ਰਿਹਾ ਕਿਉਂਕਿ ਹੁਣ ਉੱਥੇ ਵੀ ਕੂੜੇ ਦਾ ਲੈਵਲ ਬਹੁਤ ਜ਼ਿਆਦਾ ਵੱਧ ਗਿਆ ਹੈ। ਉਸੇ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਅਸੀਂ ਆਪਣਾ ਪ੍ਰੋਜੈਕਟ ਇਲੈਕਟ੍ਰੀਸਿਟੀ ਫਰੋਮ ਕਿਚਨ ਵੇਸਟ ਲਿਆ ਹੈ ਤਾਂ ਜੋ ਅਸੀਂ ਲੋਕਾਂ ਨੂੰ ਸੁਚੇਤ ਕਰ ਸਕੀਏ ਕਿ ਕਿਚਨ ਵੇਸਟ ਤੋਂ ਵੀ ਬਹੁਤ ਤਰ੍ਹਾਂ ਦੇ ਲਾਭ ਹੁੰਦੇ ਹਨ ਅਤੇ ਇਲੈਕਟ੍ਰੀਸਿਟੀ ਪੈਦਾ ਕੀਤੀ ਜਾ ਸਕਦੀ ਹੈ। ਆਪਣੇ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਅਸੀਂ 2 ਤਰ੍ਹਾਂ ਦੇ ਡਸਟਬਿਨ ਲਏ, ਇੱਕ ਡਰਾਈ ਵੇਸਟ ਲਈ, ਇੱਕ ਵੈਟ ਵੇਸਟ ਲਈ। ਵੈਟ ਵੇਸਟ ਨੂੰ ਅਸੀਂ ਗ੍ਰੈਂਡ ਕਰਕੇ ਇਹ ਫਨਲ ਦੇ ਵਿੱਚ ਪਾਇਆ। ਇਹਦੇ ਵਿੱਚ 4 ਬੋਟਲਸ ਲਾਈਆਂ, ਨੀਚੇ ਦੀ ਕੱਟ ਕੀਤਾ ਹੋਇਆ। ਉਹਦੇ ਵਿੱਚ 4 ਪੱਤਰੀਆਂ ਲਾਈਆਂ, 2 ਜਿਸ ਦੀਆਂ, 2 ਕੋਪਰ ਦੀਆਂ। ਉਹਨਾਂ ਦੇ ਨਾਲ ਇਲੈਕਟ੍ਰੀਸਿਟੀ ਕਨੈਕਟ ਕੀਤੀ ਆ ਅਤੇ ਉਹਦੇ ਨਾਲ ਇੱਕ ਰੋਡ ਲਾਈ ਆ ਅਤੇ ਇਲੈਕਟ੍ਰਿਕ ਵਾਇਰ ਲਾਈ ਆ ਉਹ ਸ਼ੋਅ ਕਰਨ ਲਈ ਵੀ ਇਹਦੇ ਵਿੱਚ ਇਲੈਕਟ੍ਰੀਸਿਟੀ ਬਣੀ ਆ। ਅਸੀਂ ਇੱਕ ਬਲਬ ਲਿਆਵਾਂ, ਇਹਦਾ ਪੋਜ਼ਿਟਿਵ ਅਤੇ ਉਹਦਾ ਨੈਗੇਟਿਵ ਜੋੜਿਆ। ਉਹਦੇ ਨਾਲ ਪੋਜ਼ਿਟਿਵ ਅਤੇ ਨੈਗੇਟਿਵ ਹੋਣ ਨਾਲ ਉਹ ਬਲਬ ਜਗਣਾ ਸ਼ੁਰੂ ਹੋ ਗਿਆ। ਇਹ ਮਲਟੀਪਰਪਸ ਬਣ ਗਿਆ ਹੈ, ਇਹਦੇ ਨਾਲ ਬਾਇਓਗੈਸ ਵੀ ਬਣਦੀ ਹੈ, ਇਲੈਕਟ੍ਰੀਸਿਟੀ ਪੈਦਾ ਹੁੰਦੀ ਹੈ ਅਤੇ ਔਰਗੈਨਿਕ ਕੰਪੋਜ਼ਡ ਹੈ। ਪੰਜਾਬ ਸਰਕਾਰ ਨੂੰ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਇਸ ਬਾਰੇ ਸੁਚੇਤ ਕੀਤਾ ਜਾ ਸਕੇ। ਇਸੇ ਦੌਰਾਨ ਹੀ ਅਸੀਂ ਸੁਖਜਿੰਦਰਾ ਕਾਲਜ ਵਿੱਚ ਆਏ, ਉਹਨਾਂ ਨੇ ਵੀ ਇਹ ਪ੍ਰਦਰਸ਼ਨੀ ਲਾਈ ਹੋਈ ਸੀ। ਇਸ ਪ੍ਰਦਰਸ਼ਨੀ ਵਿੱਚ ਜਾ ਕੇ ਅਸੀਂ ਬਹੁਤ ਖੁਸ਼ ਹੋਏ। ਆਈ ਐਮ ਮਨਪ੍ਰੀਤ, ਵੀ ਆਰ ਫਰੋਮ ਸੁਖਜਿੰਦਰ ਮੋਰੀਆ ਪਬਲਿਕ ਸਕੂਲ ਬੱਬਰੀ ਐਂਡ ਵੀ ਆਰ ਕਮ ਇਨ ਗੁਰਦਾਸਪੁਰ ਕੈਂਪਸ ਇਨ ਸੁਖਜਿੰਦਰ ਗਰੁੱਪ ਆਫ ਇੰਸਟੀਟਿਊਟ ਫੋਰ ਦ ਮਾਡਲ ਆਫ ਆਰ ਐਗਜੀਬਿਊਸ਼ਨ ਐਂਡ ਵੀ ਫੀਲ ਵੈਰੀ ਗੁੱਡ ਦੇਅਰ। ਇਟ ਇਜ਼ ਅ ਗੋਲਡਨ ਚਾਂਸ ਫੋਰ ਅਸ ਟੂ ਕੇਮ ਦੇਅਰ ਇਨ ਦਿਸ ਐਗਜੀਬਿਊਸ਼ਨ ਐਂਡ ਸ਼ੋ ਆਰ ਮਾਡਲ ਵਿਚ ਇਜ਼ ਬੇਸਡ ਔਨ ਹਾਈਡ੍ਰੋਲਿਕ ਸਿਟੀ। ਇਨ ਆਰ ਮਾਡਲ we have 3 things: hydraulic lift, hydraulic bridge and hydraulic JCB. All these 3 things are based on the Pascal's law. It states that when pressure or intensity of the pressure is applied on the liquid, it is same in all the directions.
So first of all, we have here hydraulic lift. When we apply the pressure to one side of the piston, equal pressure goes to other side of the piston. This helps the movement of the lift up and down. Thank to the Sukhjinder Institute because they call us for invite us for the exhibition to their institute, and this type of exhibition should be held every year so that the student got the chance to show their models and talent. ਕਿਉਂਕਿ ਇਹ ਸਿਰਫ ਇੱਕ ਜਿੱਦਾਂ ਆਪਾਂ ਬੜੇ ਬਰੀਕੀ 'ਚ ਲਾ ਲਓ ਜਿੱਥੇ 100 ਨੰਬਰ ਦਾ ਐਗਜ਼ਾਮ ਆ, ਠੀਕ ਆ, ਉਹਦੇ 'ਚੋਂ ਸਿਰਫ ਪੁਆਇੰਟਾਂ ਦਾ ਹੀ ਜਿਹੜਾ ਕਈ ਵਾਰ ਫਰਕ ਹੁੰਦਾ ਉਹਦੇ 'ਤੇ ਪੁਜੀਸ਼ਨਾਂ ਬਣਦੀਆਂ। ਸੋ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਉਂਦੇ ਨੇ, ਮੇਰੇ ਵੱਲੋਂ ਅਡਵਾਂਸ 'ਚ ਉਹਨਾਂ ਨੂੰ ਮੁਬਾਰਕਬਾਦ ਆ। ਬਾਕੀ ਸਾਰਿਆਂ ਨੂੰ ਮੁਬਾਰਕਬਾਦ ਆ, ਕਿਉਂਕਿ ਜਦੋਂ ਵੀ ਇਹੋ ਜਿਹੀਆਂ ਐਗਜ਼ੀਬਿਸ਼ਨ 'ਚ ਬੈਠਾ ਲੱਗਦੀਆਂ ਉੱਥੇ ਸਿੱਖਣ ਨੂੰ ਬਹੁਤ ਕੁਝ ਮਿਲਦਾ। ਤੁਸੀਂ ਆਏ ਹੋ, ਤੁਸੀਂ ਆਪਣਾ ਮਾਡਲ ਤਾਂ ਤਿਆਰ ਕੀਤਾ ਹੀ ਕੀਤਾ, ਤੁਸੀਂ ਹੋਰ ਵੀ ਬਹੁਤ ਕੁਝ ਦੇਖਿਆ। ਆਪਾਂ ਇੱਥੋਂ ਕੁਝ ਲੈ ਕੇ ਜਾਣਾ। ਕਦੀ ਵੀ ਜ਼ਿੰਦਗੀ 'ਚ ਜਦੋਂ ਬੱਚਾ ਛੋਟਾ ਜਿਹਾ ਹੁੰਦਾ, ਐਂਡ ਤੱਕ ਬੁਢਾਪੇ ਤੱਕ ਉਹ ਸਿੱਖਦਾ ਰਹਿੰਦਾ। ਇਸ ਕਰਕੇ ਇਹ ਵੀ ਇੱਕ ਜਿਹੜਾ ਤੁਹਾਨੂੰ 2 ਦਿਨ ਦਾ ਮੌਕਾ ਮਿਲਿਆ, ਇਹ ਸਿੱਖਣ ਨੂੰ ਮਿਲਿਆ ਹੈਗਾ। ਬੜੀ ਲੰਬਾ ਜੀਵਨ ਆ, ਇੱਥੋਂ ਆਪਾਂ ਸਿੱਖ ਕੇ ਜਾਣਾ ਕੁਝ, ਆਪਣਾ ਮਨੋਬਲ ਨਹੀਂ ਡਾਊਨ ਕਰਨਾ। ਜ਼ਿੰਦਗੀ 'ਚ ਉਹ ਇਨਸਾਨ ਹਮੇਸ਼ਾ ਬੇਟਾ ਪਿੱਛੇ ਚੱਲ ਜਾਂਦੇ ਆ ਜਿਹੜੇ ਆਪਣਾ ਮਨੋਬਲ ਡਾਊਨ ਕਰ ਲੈਂਦੇ ਆ। ਕੋਈ ਕੰਮ ਮੇਰੀ ਇੱਕੋ ਤੁਹਾਨੂੰ ਸਿੱਖਿਆ ਪੁੱਤਰੋ, ਅਤੇ ਉੱਠ ਕੇ ਪੱਲੇ ਬੰਨ ਲਓ, ਕੋਈ ਕੰਮ ਨਾ ਹੁਣ ਕਰਨਾ, ਹਰ ਕੰਮ ਹੁਣ ਕਰਨਾ। ਤੁਹਾਡਾ ਮਨੋਬਲ ਤਗੜਾ ਹੋਣਾ ਚਾਹੀਦਾ, ਤੁਹਾਡੀ ਤਗੜਾ ਅੰਦਰੋਂ ਸਟੈਮਿਨਾ ਤਗੜਾ ਹੋਣਾ ਚਾਹੀਦਾ ਵੀ ਮੈਂ ਕਰਨਾ। Our science exhibition, which was held by Sukhjinder Group of Institutes. Thanks to the every participant, thanks to the every teacher, thanks to the every student, every human being for putting such a great efforts. They were very nice projects. I hope that you'll get the best which you deserve. And I once again appeal everyone that those who were unable to make, please don't get motivated, as it is all about struggle. Life is all about struggle. You will fall down, but the thing is that you need to learn how to get up again. Thank you everyone once again. Please goes to I guess anyone. Okay, guesses anyone. Quite a confidence, right? Okay, let me tell you now. The first position goes to Government Senior Secondary School Batala for their project Electricity from Kitchen Waste.
ਸਕੂਲ ਨੇ ਜਿਹੜਾ ਆ ਇੰਨੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਬੱਚੇ ਆਏ ਸੀ ਉਹਨਾਂ ਨੂੰ ਬੀਟ ਕਰਕੇ ਫਸਟ ਪ੍ਰਾਈਜ਼ ਜਿੱਤਿਆ ਆ, ਔਰ ਕਿਸ ਤਰ੍ਹਾਂ ਦਾ ਮੈਨੇਜਮੈਂਟ ਲੱਗਿਆ ਔਰ ਕੀ ਤੁਸੀਂ ਫੀਲ ਕਰ ਰਹੇ ਹੋ? ਦੇਖੋ ਅਸੀਂ ਸੁਖਿੰਦਰਾ ਕਾਲਜ ਦਾ ਬਹੁਤ, ਮੈਂ ਪ੍ਰੇਮ ਸਿੰਘ, ਫਿਜ਼ਿਕਸ ਲੈਕਚਰ, ਗਵਰਨਮੈਂਟ ਸੀਨੀਅਰ ਸੈਕੰਡਰੀ ਧੁਕਸੜੀ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਤੋਂ। ਅਸੀਂ ਇਸ ਸੁਖਿੰਦਰਾ ਗਰੁੱਪ ਵਿੱਚ ਜਿਹੜਾ 2 ਦਿਨ ਦਾ ਐਗਜੀਬਿਸ਼ਨ, ਸਾਇੰਸ ਐਗਜੀਬਿਸ਼ਨ ਚੱਲਿਆ, ਜਿੱਥੇ ਸਾਡੇ ਬੱਚਿਆਂ ਨੇ ਬਹੁਤ ਕੁਛ ਸਿੱਖਣ ਦੀ ਕੋਸ਼ਿਸ਼ ਕੀਤੀ ਆ। ਉੱਥੇ ਅਸੀਂ ਫਸਟ ਪ੍ਰਾਈਜ਼ ਲਿਆ, ਸਾਡੇ ਬੱਚਿਆਂ ਨੇ ਬਣਾਇਆ ਸੀ ਇਲੈਕਟ੍ਰਿਸਿਟੀ ਫਰੋਮ ਕਿਚਨ ਵੇਸਟ। ਇਹ ਦੇਖੋ ਜਿਹੜਾ ਗੰਦ ਪੈ ਰਿਹਾ ਉਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ, ਉਹਨਾਂ ਸਮੱਸਿਆ ਨੂੰ ਹੱਲ ਕਰਨ ਲਈ ਇਹ ਸਾਰੇ ਬੱਚਿਆਂ ਨੇ ਉਪਰਾਲਾ ਕੀਤਾ। ਅਤੇ ਬਾਕੀ ਅਸੀਂ ਸੁਖਜਿੰਦਰਾ ਗਰੁੱਪ ਔਫ ਇੰਸਟੀਟਿਊਸ਼ਨ ਦਾ ਬਹੁਤ ਹੀ ਧੰਨਵਾਦ ਕਰ ਰਹੇ ਹਾਂ। ਇਹਨਾਂ ਨੇ ਸੁਚੱਜੀ ਮੈਨੇਜਮੈਂਟ ਦੇ ਨਾਲ ਇਹਨਾਂ ਨੇ ਬੱਚਿਆਂ ਦਾ ਬਹੁਤ ਆਉਭਗਤ ਕੀਤੇ ਆ, ਇਹਨਾਂ ਨੂੰ ਜਿੱਥੇ ਰਿਫਰੈਸ਼ਮੈਂਟ ਦਿੱਤੀ ਆ ਉੱਥੇ ਕੈਸ਼ ਪ੍ਰਾਈਜ਼ ਵੀ ਦਿੱਤੇ ਆ। ਅਸੀਂ ਇਹਨਾਂ ਦਾ ਦੁਬਾਰਾ ਧੰਨਵਾਦ ਕਰ 550ਵੇਂ ਗੁਰਪੁਰਬ ਸਾਰੇ ਦੇਸ਼ ਵਾਸੀਆਂ ਅਤੇ ਦੇਸ਼ ਤੋਂ ਬਾਹਰ ਵਾਸਤੇ ਨਾਗਰਿਕਾਂ ਨੂੰ ਵਧਾਈ ਦਿੰਦਾ। ਔਰ ਅੱਜ ਸੁਖਜਿੰਦਰ ਗਰੁੱਪ ਔਫ ਇੰਸਟੀਚਿਊਟ ਦੇ ਵਿੱਚ ਸਾਇੰਸ ਐਗਜੀਬਿਸ਼ਨ ਜਿਹੜੀ ਆ ਉਹ 2 ਦਿਨ ਦੀ ਬਣਾਈ ਗਈ ਆ। ਅੱਜ ਨਾਮਵਰ ਸਮਾਗਮ ਸੀਗਾ, ਅੱਜ ਕਾਫੀ ਤਰੀਕੀ ਨਾਲ ਜੋ ਸਕੂਲ ਤਕਰੀਬ 100 ਤੋਂ ਉੱਪਰ ਸਕੂਲ ਜਿਹੜੇ ਨੇ ਉਹਨਾਂ ਪਾਰਟੀਸਪੇਟ ਕੀਤਾ ਸੀਗਾ, ਅਤੇ ਉਹ ਜਿਹੜੇ ਸਾਰੇ ਸਕੂਲਾਂ ਦੇ ਜਿਹੜੇ ਮਾਡਲ ਸੀਗੇ ਜੋ ਵੀ ਉਹ ਸਿਸਟਮ ਸੀਗਾ ਉਹਨੂੰ ਬੜੀ ਬਰੀਕੀ ਦੇ ਨਾਲ ਛਾਣਬੀਣ ਕਰਕੇ ਜੋ ਆ ਉਹ ਬੱਚਿਆਂ ਦੀਆਂ ਟਿਊਸ਼ਨਾਂ ਜਿਹੜੀਆਂ ਉਹ ਕੱਢੀਆਂ ਗਈਆਂ ਨੇ। ਇਸ ਵਿੱਚ ਪਹਿਲੇ ਨੰਬਰ 'ਤੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਰਿਹਾ, ਦੂਸਰੇ ਨੰਬਰ 'ਤੇ ਜੀਆ ਲਾਲ ਮਿੱਤਲ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਨੇ ਮੱਲ ਮਾਰੀ ਹੈ, ਅਤੇ ਤੀਸਰਾ ਨੰਬਰ ਜਿਹੜਾ ਉਹ ਲਿਟਲ ਫਲਾਵਰ ਕਾਨਵਰਟ ਸਕੂਲ ਗੁਰਦਾਸਪੁਰ ਦਾ ਰਿਹਾ। ਕਿਉਂਕਿ ਬੱਚਿਆਂ ਸਾਰਿਆਂ ਹੀ ਬਹੁਤ ਮਿਹਨਤ ਕੀਤੀ ਸੀਗੀ, ਪਰ ਬਰੀਕੀ ਨਾਲ ਜਦੋਂ ਛਾਣਬੀਣ ਕੀਤੀ ਜਾਂਦੀ ਹੈ ਤਾਂ ਫਿਰ ਛੋਟੇ ਛੋਟੇ ਪੁਆਇੰਟਸ 'ਤੇ ਵੀ ਕਈ ਤਰ੍ਹਾਂ ਜਿਹੜੇ ਨੰਬਰ ਆ ਉਹ ਮਾਰਕਸ ਕੱਟੇ ਜਾਂਦੇ ਨੇ। ਸੋ ਇਹਨਾਂ ਬੱਚਿਆਂ ਨੇ ਜਿਹੜਾ ਇਹਨਾਂ ਸਕੂਲਾਂ ਨੇ ਪੁਜੀਸ਼ਨ ਹਾਸਲ ਕੀਤੀਆਂ। ਮੈਂ ਇਹਨਾਂ ਬੱਚਿਆਂ ਨੂੰ, ਇਹਨਾਂ ਸਕੂਲ ਦੇ ਮੁਖੀਆਂ ਨੂੰ ਔਰ ਇਹਨਾਂ ਦੇ ਮਾਪਿਆਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਧੰਨਵਾਦ ਦਿੰਦਾ, ਔਰ ਨਾਲ ਹੀ ਸਾਰੇ ਬੱਚਿਆਂ ਨੂੰ ਅਪੀਲ ਕਰਦਾ ਕਿ ਕਦੀ ਵੀ ਆਪਣਾ ਮਨੋਬਲ ਨਹੀਂ ਡਾਊਨ ਕਰਨਾ। ਪੁਜੀਸ਼ਨਾਂ ਜਿਹੜੀਆਂ ਵਾ ਇਹ ਬੜਾ ਕੁਝ ਸਿੱਖਣ ਨੂੰ ਮਿਲਦਾ। ਮੈਂ ਦੇਖ ਰਿਹਾ ਸੀ ਬੱਚੇ ਜਿਹੜੇ ਸੀਗੇ ਆਪਣੇ ਤਾਂ ਜਿਹੜੇ ਉਹਦਾ ਮਾਡਲ ਤਿਆਰ ਕੀਤੇ ਸੀ, ਲੇਕਿਨ ਉਹ ਬਾਕੀਆਂ ਮਾਡਲਾਂ ਨੂੰ ਵੀ, ਬਾਕੀ ਜੋ ਪ੍ਰੋਜੈਕਟ ਲੈ ਕੇ ਆਏ ਹੋਏ ਸੀਗੇ ਕਾਲਜ ਸਕੂਲ ਸੌਰੀ, ਉਹਨਾਂ ਨੂੰ ਬੜੇ ਉਹ ਧਿਆਨ ਨਾਲ ਬੱਚੇ ਉਹ ਪ੍ਰੋਜੈਕਟ ਜਿਹੜੇ ਉਹ ਵੇਖ ਰਹੇ ਸੀਗੇ। ਅਤੇ ਮੈਨੂੰ ਐਵੇਂ ਲੱਗਦਾ ਸੀਗਾ ਕਿ ਇਹ ਜਿਹੜਾ ਸੁਖਜਿੰਦਰ ਗਰੁੱਪ ਔਫ ਇੰਸਟੀਚਿਊਟ ਦਾ ਉਪਰਾਲਾ ਵਾ ਬਹੁਤ ਹੀ ਵਧੀਆ ਉਪਰਾਲਾ ਹੈਗਾ, ਵੀ ਗਾਂਹ ਸਾਡੇ ਜਿਹੜੇ ਬੱਚੇ ਆ ਉਹਨਾਂ ਦਾ ਮਨੋਬਲ ਵਧੇਗਾ, ਉਹ ਆਪਣੇ ਇਸ ਵਿਸ਼ੇ ਦੇ ਵਿੱਚ ਗਾਂਹ ਚੰਗੀਆਂ ਮੱਲਾਂ ਮਾਰਨਗੇ। ਜੋ ਮੈਂ ਉੱਥੋਂ ਫੀਲ ਕਰ ਰਿਹਾ ਸੀਗਾ ਕਿ ਬੱਚਿਆਂ ਦਾ ਬੜਾ ਹੀ ਇੰਟਰਸਟ ਸੀਗਾ ਇੱਕ ਦੂਜੇ ਦੇ ਮਾਡਲ ਵੱਲ, ਕਿ ਮੈਂ ਕੱਲ੍ਹ ਨੂੰ ਫਿਊਚਰ ਦੇ ਵਿੱਚ ਆ ਕੀ ਮਿਲੀ ਆ ਜੇ ਮੈਨੂੰ ਕੋਈ ਲੱਗਦੇ ਆ ਸੀ ਮੈਨੂੰ ਵੀ ਅੱਛੀ। ਸਾਡਾ ਤਾਂ ਹਮੇਸ਼ਾ ਹੀ ਉਪਰਾਲਾ ਰਹਿੰਦਾ ਵੀ ਕੋਈ ਨਾ ਕੋਈ ਨਵੇਂ ਪ੍ਰੋਗਰਾਮ ਕੀਤੇ ਜਾਣ, ਹੁਣ ਗਾਂਹ ਵੀ
ਕੁਝ ਇੱਕ ਦੋ ਪ੍ਰੋਗਰਾਮਸ ਹੈ ਨਹੀਂ ਸਾਡੇ ਦਿਮਾਗ ਦੇ ਵਿੱਚ ਜਿਹੜੀ ਅਸੀਂ ਕਰਨੇ ਹੈਗੇ ਜੀ, ਬਟ ਉਹਦੇ 'ਚ ਬੱਚਿਆਂ ਦੀ ਕੋਸ਼ਿਸ਼ ਕਰਾਂਗੇ ਵੀ ਹੋਰ ਕਿ ਫੀਲਡ ਦੇ ਵਿੱਚ ਵੀ ਬੱਚੇ ਜਿਹੜੇ ਆ ਉਹ ਅੱਗੇ ਆਉਣ, ਉਹਨਾਂ ਦਾ ਮਨੋਬਲ ਵਧੇ, ਉਹਨਾਂ ਨੂੰ ਅਸੀਂ ਕੁਛ ਨਾ ਕੁਛ ਨਿਖਾਰ ਸਕੀਏ, ਆਪਣੇ ਦੇਸ਼ ਨੂੰ ਆਪਣੇ ਸੋਸਾਇਟੀ ਨੂੰ ਕੁਝ ਦੇ ਸਕੀਏ।